ਸਰ ਮੈਂ ਮੇਰੀ ਵਾਈਫ ਨਾਲ ਮੇਰਾ ਡਿਸਟ੍ਰੀਬਿਊਟ ਚੱਲ ਰਿਹਾ। ਮੇਰਾ ਨਾਮ ਅਮਿਤ ਹੈ। ਮੇਰਾ 12 ਸਾਲ ਦਾ ਬੇਟਾ ਅਤੇ ਮੇਰੇ ਮੈਰਿਜ ਨੂੰ 16 ਸਾਲ ਹੋ ਗਏ ਜੀ। ਮੇਰੀ ਵਾਈਫ ਮੈਨੂੰ ਬਹੁਤ ਤੰਗ ਕਰ ਰਹੀ ਹੈ, ਮੇਰੇ ਕਹਿਣੇ ਤੋਂ ਬਾਹਰ ਹੈ, ਅਤੇ ਮੈਂ ਉਹਨੂੰ ਕਿਸੇ ਨਾਲ ਦੇਖਿਆ 2019 ਦੇ ਵਿੱਚ, ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਉਹ ਜੀ। ਮੈਂ ਆਪਣੀ ਅੱਖੋਂ ਦੇਖਿਆ, ਹਰ ਚੀਜ਼ ਮੇਰੇ ਕੋਲ ਹੈ, ਆਡੀਓ ਵੀਡੀਓ ਸਭ ਕੁਛ ਹੈ, ਅਤੇ ਮੈਂ ਉਹਨੂੰ ਇੱਕ ਵਾਰੀ ਸਮਝਾਇਆ, ਨਹੀਂ ਸਮਝੀ। ਦੂਸਰੀ ਵਾਰੀ ਫਿਰ ਮੈਂ ਉਹਦੇ ਬ੍ਰਦਰ ਨੂੰ ਗੱਲ ਕੀਤੀ, ਉਹਦਾ ਬ੍ਰਦਰ ਘਰ ਆਇਆ, ਘਰ ਆ ਕੇ ਉਹਨਾਂ ਨੇ ਉਹਨੂੰ ਸਮਝਾਇਆ, ਮਾਰਿਆ ਵੀ ਉਹਨਾਂ ਨੇ ਉਹਨੂੰ, ਥੱਪੜ ਮਾਰੇ ਦੋ ਕਿ ਸਮਝਾਇਆ, ਤਾਂ ਵੀ ਨਹੀਂ ਸਮਝੀ। 3-4 ਮਹੀਨੇ ਬਾਅਦ ਫਿਰ ਚਲੀ ਗਈ ਜੀ ਘਰੋਂ ਦੀ। 5-6 ਮਹੀਨੇ ਗਈ, ਮੇਰੇ ਸਹੁਰਿਆਂ ਨੇ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਹੈ ਕਿੱਥੇ ਨਹੀਂ ਗਈ। ਮੈਂ ਉਹਨਾਂ ਨੂੰ ਪੁੱਛਦਾ ਰਿਹਾ ਆਪਣੇ ਸਹੁਰਿਆਂ ਨੂੰ, ਹਾਂਜੀ ਦੱਸੋ ਉਹ ਕਿੱਥੇ ਹੈ ਕਿੱਥੇ ਨਹੀਂ, ਮੈਨੂੰ ਕੋਈ ਜਵਾਬ ਨਹੀਂ ਹੈ ਕਿੱਥੇ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ। ਇਹਨਾਂ ਨੇ ਫਿਰ ਮੇਰੇ ਕੋਲ ਡਿਮਾਂਡ ਰੱਖੀ ਕਿ ਹਾਂ ਵੀ ਇਹਨੂੰ ਪਾਰਲਰ ਖੋਲ੍ਹ ਦਿਉ ਅਤੇ ਤਾਂ ਇਹ ਕੰਮ ਕਰ ਲਏਗੀ ਅਤੇ ਇੱਥੇ ਬੈਠੀ ਰਹੇਗੀ। ਮੈਂ ਕਿਹਾ ਚਲੋ ਠੀਕ ਹੈ। ਮੈਂ ਪਾਰਲਰ ਬਾਹਰੋਂ ਪੈਸੇ ਪਕੜੇ, ਹਰ ਚੀਜ਼ ਕਰਕੇ ਮੈਂ ਇਹਨੂੰ ਪਾਰਲਰ ਖੋਲ੍ਹਤਾ। ਪਾਰਲਰ ਖੋਲ੍ਹ ਕੇ 2 ਮਹੀਨੇ ਬਾਅਦ ਫਿਰ ਇਹ ਕਰੋ 4-5 ਮਹੀਨੇ ਲਈ ਫਿਰ ਚਲੀ ਗਈ। ਇਹ ਕਿੱਥੇ ਜਾਂਦੀ, ਕਦੀ ਪਾਲਮਪੁਰ ਜਾ ਰਹੀ ਹੈ, ਕਦੀ ਜਾ ਰਹੀ ਹੈ ਚੰਡੀਗੜ੍ਹ, ਕਦੀ ਜੀਰਕਪੁਰ ਜਾ ਰਹੀ, ਕਦੀ ਦਿੱਲੀ ਜਾ ਰਹੀ ਹੈ। ਇੱਕ ਦਿਨ ਮੈਂ ਦੇਖਿਆ ਕਿਸੇ ਪਾਰਲਰ 'ਤੇ ਜੋਬ ਕਰ ਰਹੀ ਸੀ, ਮੈਂ ਫੇਸਬੁੱਕ ID 'ਤੇ ਦੇਖਿਆ, ਮੈਂ ਉਹਨਾਂ ਨੂੰ ਪੁੱਛਿਆ ਕਿ ਹਾਂ ਵੀ ਸ਼ਰੂਤੀ ਇੱਥੇ ਕਰ ਰਹੀ ਜੋਬ, ਕਹਿੰਦੇ ਹਾਂਜੀ। ਉਹ ਕਹਿੰਦੇ ਐਜ਼ ਏ ਮੇਕਅਪ ਆਰਟਿਸਟ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਘਰੋਂ ਮੇਰਾ ਡਿਸਟ੍ਰੀਬਿਊਟ ਚੜ੍ਹ ਰਿਹਾ, ਘਰੋਂ ਗਈ ਹੋਈ ਹੈ, ਅਤੇ ਉਹਨਾਂ ਨੇ ਉਹਨੂੰ ਗੱਲ ਕੀਤੀ, ਮੈਨੂੰ ਕੋਈ ਜਵਾਬ ਨਹੀਂ ਆਇਆ, ਉਹਦਾ ਕੋਈ ਕੁਛ ਨਹੀਂ ਆਇਆ, ਮੈਨੂੰ ਥਰੈਟ ਦੇ ਰਿਹਾ ਮੇਰਾ ਸਾਲਾ, ਬਹੁਤ ਸਾਰੇ ਮੈਨੂੰ ਤੁਹਾਨੂੰ ਮਾਰ ਦਾਂਗਾ, ਤੁਹਾਨੂੰ ਚੱਕ ਦਾਂਗਾ, ਤੁਹਾਨੂੰ ਐਂ ਕਹਿੰਦਾ ਸ਼ਰੇਆਮ ਆਹ ਦੇਖੋ ਇਹ ਦੇ ਰਹੇ ਆ, ਹਰ ਗੱਲ ਗਾਲਾਂ ਲਿਖ ਰਿਹਾ ਮੇਰੇ ਮੰਮੀ ਨੂੰ, ਮੇਰੀ ਸਿਸਟਰ ਨੂੰ, ਸਭ ਨੂੰ। ਮੈਨੂੰ ਮੇਰੀ ਜਾਨ ਦਾ ਖਤਰਾ, ਮੇਰਾ ਬੱਚਾ ਛੋਟਾ, ਉਹ ਵਿਚਾਰਾ ਰੋਂਦਾ ਰੋਜ਼, ਉਹਨੂੰ ਅੱਜ ਤੱਕ ਇਹਨੇ ਪੁੱਛਿਆ ਨਹੀਂ, ਨਾ ਫੋਨ ਕੀਤਾ, ਨਾ ਇਹਨੇ ਕੋਈ ਗੱਲ ਕੀਤੀ ਹੈ। ਹਾਂਜੀ ਪੁਲਿਸ ਕੰਪਲੇਂਟ ਮੈਂ CP ਦਫ਼ਤਰ 'ਤੇ ਵੀ ਜਾਇਆ, ਕੋਈ ਕੰਪਲੇਂਟ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਥਾਣੇ ਵੀ ਜਾਇਆ, 3 ਨੰਬਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਅਤੇ ਮੈਨੂੰ ਕਹਿੰਦੇ ਜੀ ਮਾਰਦਾ ਕੁੱਟਦਾ, ਮੇਰੀ ਇਨਕੁਆਇਰੀ ਕਰ ਲਓ ਚਾਹੇ ਜਿੱਥੇ ਮਰਜ਼ੀ, ਜਿੱਥੇ ਮਰਜ਼ੀ ਜਿਸ ਨੂੰ ਪੁੱਛ ਲਓ। 16 ਸਾਲ ਵਿਆਹ ਨੂੰ ਹੋ ਗਏ, 5 ਸਾਲ ਮੇਰਾ ਫੇਅਰ ਹੋ ਗਿਆ, 21 ਸਾਲ ਹੋ ਗਏ ਮੇਰੇ 'ਤੇ, ਹੁਣ ਐਲੀਗੇਸ਼ਨ ਲਾ ਰਹੇ ਮਾਰਦਾ ਕੁੱਟਦਾ। ਮੈਂ ਉਹਨੂੰ ਅੱਜ ਤੱਕ ਕਦੀ ਮਾਰਿਆ ਨਹੀਂ, ਕੁੱਟਿਆ ਨਹੀਂ, ਕੁਛ ਨਹੀਂ ਕੀਤਾ। ਐਲੀਗੇਸ਼ਨ ਆ ਕਹਿੰਦੇ ਸੋਨਾ ਇਹਨੇ ਜੋ ਪਾਇਆ, ਹਰ ਚੀਜ਼ ਪਾਈ, ਮੈਨੂੰ ਪਤਾ ਨਹੀਂ ਕੀ ਹੈ ਕੀ ਨਹੀਂ, ਹਰ ਚੀਜ਼ ਲੈ ਗਈ। ਹਰ ਮੇਰੇ 'ਤੇ ਡਿਮਾਂਡ ਕਰਦੇ ਆ, ਕਦੀ ਕਹਿੰਦੇ 25,000 ਦਿਓ ਮੈਂ ਤਾਂ ਘਰ ਆਊਂਗੀ, 30,000 ਦਿਓ ਮੈਂ ਤਾਂ ਘਰ ਆਊਂਗੀ। ਮੈਂ ਆਪਣੇ ਸਹੁਰਿਆਂ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਮੈਂ ਬਹੁਤ ਵਾਰੀ ਦੱਸ ਚੁੱਕਾ, ਮੇਰੇ ਕੋਲ ਆਡੀਓ ਵੀ ਹੈ, ਮੇਰੇ ਸਹੁਰੇ ਪਰਿਵਾਰ ਨਾਲ ਗੱਲ ਕਰਦੇ ਦੀ, ਉਹ ਹਰ ਇੱਕ ਬੰਦੇ ਨਾਲ ਗੱਲ, ਜਿਹਨਾਂ ਨਾਲ ਜਾਂਦੀ ਹੈ ਉਹਨਾਂ ਨਾਲ ਵੀ ਮੇਰੀ ਆਡੀਓ ਹੈ, ਵੀਡੀਓ ਹੈ, ਸਭ ਕੁਛ ਹੈ। ਪਹਿਲਾਂ ਸਹੁਰਾ ਪਰਿਵਾਰ ਮੇਰੇ ਹੱਕ 'ਚ ਸੀਗਾ, ਉਹ ਮੈਨੂੰ ਕਹਿੰਦੇ ਸੀਗੇ ਹਾਂਜੀ ਅਸੀਂ ਉਹਨੂੰ ਸਮਝਾਉਂਦੇ ਹਾਂ। ਉਹਨਾਂ ਨੇ ਮੈਨੂੰ 2-3 ਵਾਰੀ ਉਹਨਾਂ ਨੇ ਮੈਨੂੰ ਹੀ ਕਿਹਾ ਬੇਟਾ ਤੁਸੀਂ ਸ਼ਾਂਤ ਰਹੋ, ਅਸੀਂ ਇਹਨੂੰ ਸਮਝਾਉਂਦੇ ਹਾਂ। ਇਹਨਾਂ ਨੇ ਨਹੀਂ ਸਮਝੀ ਨਹੀਂ, ਉਸ ਤੋਂ ਬਾਅਦ ਫਿਰ ਮੇਰੇ ਉਹ ਖਿਲਾਫ਼ ਹੋ ਗਏ ਜੀ। ਵਜ੍ਹਾ ਹੈ ਉਹ ਨੂੰ ਆਪਣੀ ਕੁੜੀ ਦੀ, ਪਹਿਲਾਂ ਕਹਿੰਦੇ ਸਾਨੂੰ ਆਪਣੀ ਕੁੜੀ ਨਾਲ ਖੜਨਾ ਪਏਗਾ, ਚਾਹੇ ਉਹ ਗਲਤ ਹੈ ਚਾਹੇ ਉਹ ਠੀਕ ਹੈ। ਹੁਣ ਦੱਸੋ ਮੈਂ ਕਿੱਥੇ ਜਾਵਾਂ, ਮੈਨੂੰ ਤਾਂ ਥਰੈਟ ਮਿਲ ਰਹੀ ਹੈ, ਮੈਨੂੰ ਉਹ ਬੰਦੇ ਧਮਕੀਆਂ ਦੇ ਰਹੇ ਸਾਰੇ। ਕਿੰਨੇ ਸਮੇਂ ਤੋਂ ਗਈ ਹੋਈ ਹੈ ਜੀ ਤੁਹਾਡੀ? ਸਰ 6 ਮਹੀਨੇ ਹੋ ਗਏ ਜੀ, ਦੀਵਾਲੀ ਤੋਂ 2 ਦਿਨ ਬਾਅਦ ਇਹ ਘਰੋਂ ਚਲੀ ਗਈ ਸੀ। ਮੰਗ ਹੈ ਕਿ ਮੇਰਾ ਸਾਲਾ ਮੈਨੂੰ ਥਰੈਟ ਦੇ ਰਿਹਾ ਜੀ ਪੂਰੀ, ਕਹਿੰਦਾ ਹੁਣ ਪਰਸੋਂ ਚੌਥ ਕਹਿੰਦਾ ਤੁਹਾਨੂੰ ਗੋਲੀਆਂ ਮਾਰ ਦਾਂਗੇ ਜੀ, ਤੁਹਾਨੂੰ ਘਰੋਂ ਚੁਕਾ ਦਾਂਗੇ, ਐਤਵਾਰ ਤੱਕ ਤੂੰ ਨਹੀਂ ਘਰ ਮਿਲਿਆ, ਅਸੀਂ ਤੁਹਾਨੂੰ ਘਰੋਂ ਖਿੱਚ ਕੇ ਅਸੀਂ ਮਾਰ ਦਾਂਗੇ ਜੀ। ਹੁਣ ਦੱਸੋ ਮੈਂ ਕਿੱਥੇ ਜਾਵਾਂ, ਬੱਚੇ ਨੂੰ ਲੈ ਕੇ, ਛੋਟਾ ਮੇਰਾ ਬੱਚਾ ਵਾ, ਮੈਂ ਦੱਸੋ ਕਿੱਥੇ ਜਾਵਾਂ। ਮੈਂ ਤਾਂ ਮਰਨ ਨੂੰ ਤਿਆਰ ਹਾਂ ਜੀ, ਮੈਂ ਤਾਂ ਸੋਮਵਾਰ ਮੰਗਲਵਾਰ ਜਾ ਕੇ 3 ਨੰਬਰ ਥਾਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਮੁੰਡੇ 'ਤੇ ਪਾ ਕੇ ਮੈਂ ਮਰ ਜਾਣਾ ਜੀ। ਮੈਂ ਇੰਨਾ ਕੋ ਪਰੇਸ਼ਾਨ ਹਾਂ, ਮੈਨੂੰ ਪੂਰਾ ਉਹ
ਕਰ ਰਹੇ ਨੇ ਤੰਗ, ਇੰਨਾ ਮੈਨੂੰ ਥਰੈਟ ਕਰ ਰਹੇ ਆ, ਸਾਰੀਆਂ ਮੇਰੇ ਕੋਲ ਰਿਪੋਰਟਾਂ ਜੀ, ਸਭ ਕੁਛ ਹੈ ਜੀ। ਇਹ ਮੈਨੂੰ ਕਦੀ ਕਹਿੰਦੇ ਜੀ ਤੈਨੂੰ ਮੈਂ ਚੱਕ ਦਾਂਗਾ, ਕਦੀ ਕਹਿੰਦੇ ਤੈਨੂੰ ਗੋਲੀਆਂ ਮਾਰ ਦਾਂਗਾ, ਕਦੀ ਕਹਿੰਦੇ ਗੈਂਗਸਟਰ ਤੋਂ ਮਰਵਾ ਦਾਂਗੇ, ਕਦੀ ਕੀ ਕਹਿ ਰਹੇ ਆ ਫੋਨ 'ਤੇ। ਹਾਂਜੀ ਮੈਂ ਆਪਣੇ ਆਪਣੀ ਜਾਂ ਤਾਂ ਮੈਂ ਆਪਣੀ ਅੱਖਾਂ ਨਾਲ ਪਕੜਿਆ ਜੀ ਉਹਨੂੰ, ਆਡੀਓ ਵੀ ਹੈ ਮੇਰੇ ਕੋਲ, ਵੀਡੀਓ ਵੀ ਹੈ। ਮੈਂ ਉਸ ਹਾਂ ਮੈਂ ਉਹਦੇ ਪਰੂਫ ਸਾਰੇ ਉਹਦੇ ਘਰਦਿਆਂ ਨੂੰ ਵੀ ਦਿਖਾਏ ਜੀ, ਸਭ ਨੂੰ ਦਿਖਾਏ ਆ ਉਹਨਾਂ ਦੇ, ਉਹਨਾਂ ਨੂੰ ਪਤਾ ਸਭ, ਹਰ ਚੀਜ਼ ਪਤਾ ਉਹਨਾਂ ਨੂੰ। ਮੰਗ ਹੈ ਜੀ ਮੇਰਾ ਇਹਦੇ ਤੋਂ ਛੁਟਕਾਰਾ ਕਰਾਇਆ ਜਾਵੇ, ਮੇਰੇ ਕੋਲ ਥਰੈਟ ਮੈਨੂੰ ਦੇ ਰਹੇ, ਮੈਂ ਮੇਰੀ ਜਾਨ ਨੂੰ ਖਤਰਾ ਜੀ, ਮੇਰੀ ਜਾਨ ਨੂੰ ਖਤਰਾ, ਕੱਲ੍ਹ ਨੂੰ ਮੇਰੇ ਬੱਚੇ ਨੂੰ ਅਤੇ ਮੈਨੂੰ ਕੁਛ ਹੋ ਜਾਂਦਾ, ਇਹ ਮੇਰਾ ਸਹੁਰਾ ਪਰਿਵਾਰ ਹੈ, ਮੇਰਾ ਸਾਲਾ, ਮੇਰਾ ਮੇਰੀ ਸੱਸ ਅਤੇ ਅੱਗੋਂ ਇਹ ਸਾਰੇ ਪਰਿਵਾਰ ਹੈ ਮੇਰਾ, ਸਾਰਾ ਇਹ ਜ਼ਿੰਮੇਵਾਰ ਹੋਣਗੇ, ਮੈਨੂੰ ਕੁਛ ਹੁੰਦਾ, ਮੇਰੇ ਬੱਚੇ ਨੂੰ ਹੁੰਦਾ, ਮੇਰੇ ਦੀਦੀ ਜੀ ਨੂੰ ਕੁਛ ਹੁੰਦਾ, ਇਹ ਜ਼ਿੰਮੇਵਾਰ ਨੇ ਮੇਰੀ, ਕਹੇ ਇਨਕੁਆਇਰੀ ਕਰਾ ਲਓ, ਕੁਛ ਕਰਾ ਲਓ, ਮੈਂ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਮੇਰਾ ਨਾਮ ਅਮਿਤ ਹੈ, ਮੈਂ ਲੁਧਿਆਣਾ ਵਾਸੀ ਦਾ ਰਹਿਣ ਵਾਲਾ, ਮੇਰੀ ਵਾਈਫ ਨਾਲ ਮੇਰਾ ਡਿਸਟ੍ਰੀਬਿਊਟ ਚੱਲ ਰਿਹਾ, ਉਹ ਮੇਰੇ ਕਹਿਣੇ ਤੋਂ ਜੀ ਬਾਹਰ ਹੈ, ਮੈਂ ਉਹਨੂੰ ਕਿਸੇ ਨਾਲ ਇੱਕ ਵਾਰੀ ਨਹੀਂ ਆਪਣੀ ਅੱਖੀ ਆਪਣੀ ਅੱਖਾਂ ਨਾਲ ਉਹਨੂੰ ਮੈਂ ਪਕੜਿਆ ਅਤੇ ਉਹਨੂੰ ਮੈਂ ਬਹੁਤ ਵਾਰੀ ਸਮਝਾਇਆ, ਮੈਂ ਆਪਣਾ ਪਰਿਵਾਰ ਬਚਾਉਣ ਵਾਸਤੇ, ਆਪਣੇ ਬੱਚੇ ਦਾ ਫਿਊਚਰ ਦੇਖਣ ਵਾਸਤੇ, ਮੈਂ ਉਹਨੂੰ ਬਹੁਤ ਵਾਰ ਕਿਹਾ ਕਿ ਹਾਂ ਵੀ ਇਹ ਚੀਜ਼ ਨਾ ਹੋ, ਸਭ ਕੁਛ ਹੈ ਜੀ ਉਸ ਮੰਨ ਉਹਨਾਂ ਦੀ। ਹੁਣ ਮੇਰੀ ਮਦਰ ਇਨ ਲਾ ਦੀ ਵੀਡੀਓ ਹੈ, ਮੇਰੇ ਸਾਲੇ ਨਾਲ ਵੀਡੀਓ ਹੈ, ਆਡੀਓ ਹੈ, ਉਹ ਤੁਸੀਂ ਉਹ ਸੁਣ ਚਲਾ ਰਿਹਾ ਜੀ ਤੁਹਾਡੇ, ਅੱਜ ਸੁਣੋ ਕੰਬਲੀ ਹਰਕਤਾਂ ਕਰ ਰਹੀ ਆ ਫੇਰ ਏਦਾਂ ਦੀਆਂ, ਕੀ ਕਰੇਗਾ ਬੰਦਾ ਦੱਸੋ, ਮੈਂ ਬਿਮਾਰ ਬੈਠਾ ਕੀ ਬੈਠਾ ਕੀ ਇਹਨੂੰ ਹੋ ਰਿਹਾ ਦੱਸੋ, ਅਮਿਤ ਨਾ ਮੇਰੇ ਘਰ ਆਈ ਹੋ ਤੁਸੀਂ, ਮੇਰੇ ਘਰ ਦਾ ਬਥੇਰੀ ਮਿੱਟੀ ਪਲੀਤ ਹੋਈ ਆ, ਫਿਰ ਹੁਣ ਕੀ ਕਰਾਂ ਮੈਂ, ਕੀ ਕਰਨਾ ਤੁਸੀਂ, ਰੱਖ ਲਓ ਫਿਰ ਇਹਨੂੰ ਪੁੱਛੋ, ਚੱਲ ਘਰ ਦੇਖਦੇ ਕੀ ਕਰਦੇ ਤੇਰਾ, ਚਲੋ ਅਮਿਤ ਮੇਰੇ ਨਾਲ ਚਲੋ, ਮੈਨੂੰ ਪਤਾ ਮੈਨੂੰ ਧਮਕੀਆਂ ਦੇ ਰਿਹਾ, ਸ਼ਰੇਆਮ ਲਿਖ ਰਿਹਾ ਜੀ ਮੈਂ ਤੈਨੂੰ ਮਾਰ ਦਾਂਗਾ, ਦੇਖੋ ਮੇਰੀ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ, ਮੇਰੀ ਮੰਮੀ ਹੈ ਨਹੀਂ ਉਹਨਾਂ ਨੂੰ ਗਾਲਾਂ ਕੱਢ ਰਿਹਾ ਜੀ, ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ, ਮੈਨੂੰ ਕਹਿੰਦਾ ਘਰੋਂ ਚੁਕਾ ਦਾਂਗਾ, ਤੁਹਾਨੂੰ ਮਾਰ ਦਾਂਗਾ, ਤੁਹਾਨੂੰ ਗੋਲੀਆਂ ਮਾਰ ਦਾਂਗਾ ਤੁਹਾਨੂੰ, ਕਹਿੰਦਾ ਐਤਵਾਰ ਤੱਕ ਤੂੰ ਘਰੋਂ ਨਹੀਂ ਨਿਕਲਿਆ, ਮੈਂ ਤੈਨੂੰ ਘਰੋਂ ਚੱਕ ਕੇ ਤੈਨੂੰ ਘੜੀਸ ਕੇ ਅਸੀਂ ਮਾਰਾਂਗੇ, ਉਸ ਆਹ ਸਾਰੀਆਂ ਮੈਂ ਉਹਦੀਆਂ ਕੀਤੀਆਂ ਹੋਈਆਂ, ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ ਜੀ। ਆਹ ਦੇਖੋ ਉਹਦੀ ਆਈ ਡੀ ਵੀ ਹੈ ਗੌਰਵ ਚੋਪੜਾ, ਇਹ ਸਾਰਾ ਕੁਛ ਆ, ਦੇਖੋ ਓਕੇ ਗੱਲ ਕੱਕਾ ਤੈਨੂੰ ਦੁਨੀਆਂ 'ਚ ਰਹਿਣ ਨਹੀਂ ਦੇਣਾ ਅਸੀਂ, ਇਹ ਸਾਰਾ ਮੈਨੂੰ ਇਹਨੇ, ਆਹ ਦੇਖੋ ਜੀ ਪੜ੍ਹੋ ਜੀ, ਕੈਦ ਵੀ ਦਿੱਤੀ ਹੈ, ਮੇਰਾ ਘਰੋਂ ਨਿਕਲਣਾ ਪੂਰਾ ਹੋਇਆ ਪਿਆ, ਮੈਂ ਘਰੋਂ ਨਿਕਲ ਨਹੀਂ ਸਕਦਾ, ਕਦੀ ਮੈਨੂੰ ਕੋਈ ਡਰ ਲੱਗਦਾ, ਅੱਜ ਸਵੇਰੇ ਵੀ ਮੇਰੇ ਸਵੇਰੇ ਮੈਂ ਦੁੱਧ ਲੈਣ ਗਿਆ, ਤਿੰਨ ਮੁੰਡੇ ਬੋਡੀ ਬਿਲਡਰ ਮੇਰੇ ਕਲੀ 'ਚੋਂ ਨਿਕਲੇ ਆ ਜੀ, ਉਹ ਮੈਨੂੰ ਦੇਖ ਕੇ ਗਏ, ਮੇਰਾ ਘਰ ਬਾਰ ਦੇ ਗਏ, ਮੈਨੂੰ ਡਰ ਲੱਗਦਾ ਮੇਰਾ ਬੱਚਾ ਮੇਰੇ ਨਾਲ ਹੁੰਦਾ ਜੀ, ਹੁਣ ਮੈਂ ਦੱਸੋ ਕੀ ਕਰਾਂ, ਮੈਂ ਕਿੱਥੇ ਜਾਵਾਂ, ਮੈਂ ਤਾਂ ਪੂਰਾ ਸਾਡਾ ਮੈਂ ਔਰ ਮੇਰਾ ਬੱਚਾ, ਕੱਲ੍ਹ ਅਸੀਂ ਕੁਛ ਨਾ ਕੁਛ ਕਰਨ ਨੂੰ ਅਸੀਂ ਤਿਆਰ ਹਾਂ, ਮੈਂ ਨਾ ਇੱਥੇ ਇਹਨਾਂ ਤੋਂ ਬਹੁਤ ਮੈਨੂੰ ਡਰ ਲੱਗ ਰਿਹਾ ਜੀ, ਹਰ ਚੀਜ਼ ਮੇਰੇ ਅੰਦਰ ਤੇ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਗੌਰਵ ਚੋਪੜਾ ਜੀ। ਗੌਰਵ ਜੀ, ਤੁਹਾਡੇ 'ਤੇ ਇਲਜ਼ਾਮ ਲੱਗੇ ਨੇ ਕਿ ਤੁਸੀਂ, ਤੁਹਾਡੀ ਸਿਸਟਰ ਦੇ ਨਾਲ ਡਿਸਪਿਊਟ ਚੱਲ ਰਿਹਾ, ਅਤੇ ਤੁਸੀਂ ਜਿਹੜਾ ਆਪਣੇ ਜੀਜਾ ਜੀ ਦੇ ਖਿਲਾਫ ਗਲਤ ਜਿਹੜਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਹੇ ਹੋ, ਹਾਂਜੀ ਮਸਲਾ ਕੀ ਹੈ?
ਦੇਖੋ ਜੀ, ਇਹਨਾਂ ਦਾ ਲੱਗਿਆ ਹੋਇਆ ਸੀ ਕੇਸ ਹਸਬੈਂਡ ਵਾਈਫ ਦਾ, ਇਹਨਾਂ ਦਾ ਲੱਗਿਆ ਹੋਇਆ ਸੀ ਕੇਸ ਹਸਬੈਂਡ ਵਾਈਫ ਦਾ, ਜਿਹਦੇ ਸਮਨ ਰਿਸੀਵ ਨਹੀਂ ਕਰ ਰਿਹਾ ਸੀਗਾ, ਅਤੇ ਉਹਦੇ ਚੱਲਦੇ ਇਹਦੀ ਇੱਕ ਤਰੀਕ ਮਿਸ ਹੋ ਗਈ, ਇਹਦੀ ਅਗਲੀ ਤਰੀਕ ਹੈਗੀ ਹੈ 7 ਇਸੀ ਮੰਥ ਦੀ, ਅਤੇ ਹੁਣ ਪਤਾ ਨਹੀਂ ਕਿੰਨੇ ਨੂੰ ਸਲਾਹ ਦਿੱਤੀ ਕਿ ਕੀ ਕੀਤਾ ਕਿ ਅਸੀਂ ਬੜੀ ਇੱਜ਼ਤਦਾਰ ਫੈਮਿਲੀ ਹੈਗੀ ਹਾਂ, ਕਿ ਇਹਨਾਂ ਦਾ ਵੀਕ ਪੁਆਇੰਟ ਇਹੀ ਹੈ ਕਿ ਇਹਨਾਂ ਨੂੰ ਡੀਫੇਮ ਕਰ ਦਿਉ ਕਿ ਤੇਰਾ ਇੰਸਟੈਂਟ ਫੈਸਲਾ ਹੋ ਜਾਏਗਾ, ਅਤੇ ਇਹਨੇ ਕੀ ਕੀਤਾ ਵਟਸਐਪਾਂ ਦੇ ਵਿੱਚ ਰਾਤ ਨੂੰ 2-2 ਵਜੇ 3-3 ਵਜੇ ਮੇਰੇ ਦਾਦਾ ਜੀ ਦਾ, ਮੇਰੇ ਚਾਚਾ ਜੀ ਦਾ, ਮੇਰੇ ਸਵਰਗੀ ਪਿਤਾ ਜੀ ਦਾ, ਮੇਰੀ ਸਿਸਟਰ ਦਾ, ਮੇਰੀ ਮੰਮੀ ਦਾ, ਸਭ ਦਾ ਨਾਮ ਲਿਖ ਲਿਖ ਕੇ ਇਹਨੇ ਸੋਸ਼ਲ ਮੀਡੀਆ 'ਤੇ ਪਾਇਆ। ਫਿਰ ਸਵੇਰੇ ਜਿੱਦਾਂ ਹੀ 7 ਵਜੇ ਮਤਲਬ ਰਾਤੀ ਇਹਨੇ ਪਾਇਆ, ਹੁਣ ਲੋਕ ਨਹੀਂ ਉੱਠ ਰਹੇ, ਇੱਕ ਜਣਾ ਪਾਗਲ ਹੋਇਆ, ਲੋਕ ਕਿੱਦਾਂ ਉਠਾਉਣ ਸਾਨੂੰ ਕਿ ਰਾਤੀ 3 ਵਜੇ ਸ਼ਰਮ ਲੱਗਦੀ ਹੈ ਕਿ ਕਿਸੇ ਨੂੰ ਫੋਨ ਕਰਨਾ, ਇਹ ਤਾਂ 24-24, 25-25 ਮੈਸੇਜ ਭੇਜ ਰਿਹਾ, ਅਤੇ ਉਸ ਤੋਂ ਬਾਅਦ ਜਿੱਦਾਂ ਹੀ ਸਵੇਰੇ ਮੇਨ ਜੀ ਇਹਦਾ ਕੇਸ ਹੈਗਾ ਲੱਗਿਆ ਜੀ, ਤਰੀਕ ਭੁਗਤੇ, ਆਪਣਾ ਲੀਗਲ ਪ੍ਰੋਸੈਸ 'ਤੇ ਚੱਲੇ, ਹਾਂਜੀ ਸਿਸਟਰ ਦੇ ਨਾਲ ਚੱਲਿਆ ਹੋਇਆ, ਹਾਂਜੀ, ਪਰ ਜਿਹੜਾ ਇਹਨੇ ਸਾਡਾ ਪਰਿਵਾਰ 'ਤੇ ਹੱਥ ਪਾਇਆ ਹੈ ਨਾ, ਉਹ ਫਿਰ ਹੋ ਗਈ ਮੇਰੀ ਹੁਣ ਹੋਂਦ ਦੀ ਲੜਾਈ ਇਹਦੇ ਨਾਲ, ਸੋਸ਼ਲ ਮੀਡੀਆ ਵੋਰ ਇਹਨੇ ਮੇਰੇ ਨਾਲ ਸ਼ੁਰੂ ਕੀਤੀ ਹੈ, ਇਹਨੇ ਜਿਹੜਾ ਜੋ ਵੀ ਮੇਰੇ ਖਿਲਾਫ ਕਰ ਰਿਹਾ, ਜੋ ਵੀ ਕਰ ਰਿਹਾ, ਉਹ ਜਿਹੜਾ ਇਹਨੇ ਵੋਰ ਸ਼ੁਰੂ ਕੀਤੀ ਸੋਸ਼ਲ ਮੀਡੀਆ ਵਾਲੀ, ਉਹ ਉਸ ਤੋਂ ਪਹਿਲਾਂ ਦਾ ਸਬੂਤ ਦਿਖਾ ਦੇ, ਉਸ ਤੋਂ ਡੇਟ ਪਹਿਲਾਂ ਤੋਂ ਦਿਖਾ ਦੇ ਕਿ ਮੈਂ ਇਹਨੂੰ ਕਦੀ ਕੋਈ ਧਮਕੀ, ਕੋਈ ਗਾਲ, ਕੋਈ ਕੁਛ ਵੀ ਐਵੀਡੈਂਸ ਮੇਰੇ ਖਿਲਾਫ ਦਿਖਾ ਦੇ ਕਿ ਤੇਰੇ ਸੋਸ਼ਲ ਮੀਡੀਆ ਵੋਰ ਤੋਂ ਪਹਿਲਾਂ ਤੈਨੂੰ ਹਜੇ ਪਤਾ ਹੀ ਨਹੀਂ ਹੋਣਾ ਸੋਸ਼ਲ ਮੀਡੀਆ ਵੋਰ ਹੁੰਦੀ ਕੀ ਹੈ। ਲੜਾਈ ਕਿਸ ਚੀਜ਼ ਦੀ ਹੋਈ? ਲੜਾਈ ਜੀ ਇਹੀ ਜਿਹੜਾ ਕੇਸ ਚੱਲਦਾ ਕਿ ਮੇਰਾ ਇਹਨਾਂ ਨੂੰ ਬਦਨਾਮ ਕਰ ਦੇਵਾਂ, ਇਹਨਾਂ ਨੂੰ ਮੈਂ ਇਹ ਕਰਦਾ ਕਿ ਇਹ ਘਬਰਾ ਜਾਣਗੇ, ਕਿਉਂਕਿ ਇਸ ਤੋਂ ਪਹਿਲਾਂ ਸਾਡੀ ਇਮੇਜ ਬੜੀ ਜੀ ਰਾਮ ਰਾਮ ਜੀ ਵਾਲੀ ਬਣੀ ਹੋਈ ਸੀ ਕਿ ਇਹ ਬੰਦਾ ਮਤਲਬ ਜੋ ਅੱਜ ਮੈਂ ਵਾਂ ਨਾ, ਜੋ ਇਹਨੇ ਮੈਨੂੰ ਬਣਾ ਦਿੱਤਾ, ਇਸ ਤੋਂ ਪਹਿਲਾਂ ਮੈਂ ਇੱਦਾਂ ਦਾ ਸੀਗਾ ਹੀ ਨਹੀਂ। ਮੇਰੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਉਹ ਕਹਿੰਦੇ ਕਿ ਮੇਰੇ ਪਹਿਲੇ ਜਿਹੜਾ ਸਹੁਰਾ ਪਰਿਵਾਰ ਮੇਰੇ ਨਾਲ ਸੀਗਾ, ਹਾਂਜੀ, ਮੇਰੀ ਵਾਈਫ ਮੇਰੇ ਕਹਿਣੇ ਘਰ ਤੋਂ ਬਾਹਰ ਸੀਗੀ। ਅੱਛਾ ਜੀ। ਉਹ ਕਹਿੰਦੇ ਮੇਰਾ ਸਹੁਰਾ ਪਰਿਵਾਰ ਨਾਲ ਸੀਗਾ ਅਤੇ ਹੁਣ ਉਹ ਜਿਹੜਾ ਆਪਣੀ ਲੜਕੀ ਦਾ ਸਾਥ ਦੇ ਰਿਹਾ, ਇਹਦੇ 'ਚ ਕਿੰਨੀ ਕੁ ਸੱਚਾਈ? ਅਸੀਂ ਇਹਦੇ ਕਦੀ ਨਾਲ ਸੀਗੇ ਹੀ ਨਹੀਂ, ਅਸੀਂ ਆਪਣੀ ਕੁੜੀ ਦੇ ਨਾਲ ਸੀਗੇ, ਉਹ ਤਾਂ ਕੁੜੀ ਦਾ ਘਰ ਵਸਿਆ ਰਹੇ ਤਾਂ ਅਸੀਂ ਇਹਨੂੰ ਜਿਤਾਉਂਦੇ ਸੀ ਕਿ ਅਸੀਂ ਤੇਰੀ ਇੱਜ਼ਤ ਕਰਦੇ ਹਾਂ, ਪਰ ਜਦੋਂ ਹੁਣ ਤੂੰ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ, ਤੂੰ ਸਾਡੇ ਗਰੂਰ ਨੂੰ ਹੱਥ ਪਾ ਲਿਆ, ਇਹ ਇਕੱਲਾ ਤੈਨੂੰ ਨਹੀਂ ਮੈਂ ਮੈਸੇਜ ਭੇਜ ਰਿਹਾ, ਮੈਂ ਸਾਰੇ ਕੁੜੀਆਂ ਨੂੰ ਦੇ ਪਰਿਵਾਰਾਂ ਨੂੰ ਕਹਿ ਰਿਹਾ, ਜਿਹੜਾ ਤੁਹਾਡੀ ਇੱਜ਼ਤ ਨੂੰ ਹੱਥ ਪਾਏਗਾ ਉਹਨੂੰ ਸੋਸ਼ਲ ਮੀਡੀਆ 'ਤੇ ਇੱਦਾਂ ਹੀ ਨੰਗਾ ਕਰੋ। ਇਹਦੇ ਨਾਲ ਇਹ ਨਹੀਂ ਇਕੱਲਾ ਟਿਕਿਆ, ਬਹੁਤ ਟਿਕੇ ਨੇ, ਮੈਨੂੰ ਪਰਸਨਲ ਮੈਸੇਜ ਬਹੁਤ ਆ ਰਹੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਨੇ, ਜਿਨ੍ਹਾਂ ਨੂੰ ਦਰਦ ਪਤਾ ਵੈ ਕਿ ਤੂੰ ਸੋਸ਼ਲ ਮੀਡੀਆ ਦਾ ਪੰਗਾ ਕਿਉਂ ਲਿਆ। ਤੈਨੂੰ ਸਾਰੇ ਸਮਝਾ ਰਹੇ ਸੀ ਕਿ ਅਮਿਤ ਕੱਕੜ ਡਿਲੀਟ ਕਰ ਦੇ, ਤੂੰ ਉਹਨਾਂ ਨੂੰ ਕਹਿੰਦਾ, ਉਹ ਜਾਣਨ ਅਤੇ ਮੈਂ ਜਾਣਾ, ਤੂੰ ਜੇ ਜਿੱਦਾਂ ਮਰਜ਼ੀ ਮੇਰੇ ਨਾਲ ਤਿਆਰੀ ਕਰ ਲਾ, ਮੈਂ ਹਰ ਪਾਸਿਓਂ ਤਿਆਰ। ਹਾਂਜੀ, ਹਾਂਜੀ, ਉਹ ਫਿਰ ਕੋਰਟ ਕਰੇ, ਕੋਰਟ 'ਚ ਤੂੰ ਆ ਤਾਂ ਸਹੀ, ਕੋਰਟ ਦਾ ਪ੍ਰੋਸੈਸ ਚਲਾ ਤਾਂ ਸਹੀ, ਤੇਰੇ ਕੋਲ ਕੀ ਬ੍ਰਹਮਸਤਰ ਨੇ, ਤੇਰੇ ਅੰਦਰ ਕੀ ਚੱਲਦਾ, ਤੇਰੇ ਅੰਦਰ ਕੀ ਨਹੀਂ ਚੱਲਦਾ, ਤੂੰ ਕੋਰਟ 'ਚ ਆ ਕੇ ਦੱਸ, ਬਾਹਰ ਤਾਂ ਸਵਾਦ ਲੈਣੇ ਸਾਰਿਆਂ ਨੇ, ਜੋ ਤੂੰ ਦੱਸਣਾ ਉਹੀ ਉਹਨਾਂ ਨੇ ਸਮਝਣਾ, ਉਸ 'ਚ ਕਸਟਮਾਈਜ਼ ਕਰਕੇ ਪ੍ਰੈਜੈਂਟ ਕਰਨਾ, ਕੋਰਟ 'ਚ ਇਹ ਚੀਜ਼ ਨਹੀਂ ਚੱਲਦੀ। ਅਗਰ ਕੋਈ ਪਰਿਵਾਰ ਦੀ ਸਹਿਮਤੀ ਹੋਵੇ, ਹਾਂਜੀ, ਤੁਹਾਡਾ ਡਿਸਪਿਊਟ ਚੱਲ ਰਿਹਾ, ਹਾਂਜੀ, ਉਹਨਾਂ ਨੇ ਜ਼ਿਕਰ ਕੀਤਾ ਕਿ ਇਹਨੂੰ ਖਤਮ ਕੀਤਾ ਜਾਵੇ ਮਾਮਲੇ ਨੂੰ, ਤੁਸੀਂ ਤਿਆਰ? ਨਹੀਂ ਜੀ, ਬਿਲਕੁਲ ਵੀ ਨਹੀਂ, ਕੋਰਟ ਥਰੂ ਕਰਨਾ ਹੈ, ਕਿਉਂਕਿ ਇਹ ਇੱਜ਼ਤ ਨੂੰ ਹੱਥ ਪਾ ਲਿਆ। ਇਸ ਤੋਂ ਪਹਿਲਾਂ ਇਹਨੂੰ 36 ਵਾਰੀ ਸਮਝਾਇਆ ਗਿਆ ਸੀਗਾ
ਕਿ ਤੂੰ ਡਿਵੋਰਸ ਲੈ ਲਾ ਜੇ ਤੈਨੂੰ ਨਹੀਂ ਲੱਗਦਾ ਪਿਆ ਸਿਸਟਮ ਤੇਰਾ ਸਹੀ ਪਰਿਵਾਰ ਦਾ ਤੇ ਮੈਂ ਕਹਿੰਦਾ ਤੂੰ ਡਿਵੋਰਸ ਲੈ ਲਾ ਤੂੰ ਜਾ ਪਰ ਤੂੰ ਟਿਕਦਾ ਹੀ ਨਹੀਂ ਤੂੰ ਰਾਤੀ ਮੇਰੀ ਭੈਣ ਨੂੰ ਕੁੜਦਾ ਪਿਆ ਮੈਂ ਤੈਨੂੰ ਕਹਿ ਰਿਹਾ ਵਾਂ ਤੂੰ ਹੀ ਭਰਾਵਾ ਬਾਹਰ ਜਾ ਜਾਂ ਗੇੜਾ ਮਾਰਾ ਕਿੱਥੇ ਤੇਰੀ ਲੜਾਈ ਸ਼ਾਂਤ ਹੋ ਜੂਗੀ ਤੂੰ ਬਹਿ ਜੀ ਮੈਂ ਕਿੱਥੇ ਜਾਵਾਂ ਫਿਰ ਮੈਂ ਤਾਂ ਜਾ ਆਪਣੀ ਭੈਣ ਨੂੰ ਲਿਆ ਸਕਦਾ ਨਾ ਆਪਣੇ ਘਰੇ ਮੈਂ ਰਾਤੀ ਲੈ ਆਇਆ ਜਾ ਕੇ ਫਿਰ ਉਸ ਤੋਂ ਬਾਅਦ ਤੂੰ ਕਿਉਂ ਮਿੰਤਾ ਕਰਦਾ ਲਵ ਯੂ ਮਿਸ ਯੂ ਹੁਣ ਤਾਂ ਜੀ ਇਹੀ ਮੰਗ ਹੈ ਜੀ ਜੋ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹ ਤਾਂ ਹੈਗਾ ਜੀ ਅਲੱਗ ਮੈਟਰ ਜੋ ਇਹ ਹਸਬੈਂਡ ਵਾਈਫ ਦਾ ਡਿਸਪਿਊਟ ਹੈਗਾ ਉਹ ਹੈਗਾ ਜੀ ਕੋਰਟ ਦੇ ਨਾਲ ਇਹ ਸੋਸ਼ਲ ਮੀਡੀਆ 'ਤੇ ਆਪਣੀ ਮਾਫ਼ੀ ਮੰਗ ਲਵੇ ਮੈਨੂੰ ਸਾਬਤ ਕਰ ਦੇਵੇ ਕਿ ਮੈਂ ਇੰਨਾ ਕਰੂੜਤਾ 'ਚ ਕਿਉਂ ਆਇਆ ਹੋਇਆ ਵਾਂ ਮੈਂ ਇੱਧਰੋਂ ਰੁਕ ਜੂੰ ਤੂੰ ਉੱਧਰੋਂ ਰੁਕ ਜੀ ਆਪਣਾ ਹਸਬੈਂਡ ਵਾਈਫ ਜੋ ਪ੍ਰੋਸੈਸ ਜੋ ਤੁਹਾਡਾ ਫੈਮਿਲੀ ਮੈਟਰ ਹੈ ਉਹ ਬੜਾ ਹੀ ਘਮਸਾਨ ਜਿਹਾ ਵਾਲਾ ਹੈਗਾ ਉਹ ਸਿਰਫ ਕਾਨੂੰਨ ਹੀ ਸੁਲਝਾ ਸਕਦਾ